ਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ HGRE ਤੇ ਤਾਂ ਜਿਸ ਤੁਹਾਡੇ ਲਈ ਨਵੀਂ ਜਮਾਤ ਦਾ ਜੋ ਗਣਿਤ ਵਿਸ਼ਾ ਦਾ ਜੋ ਪੇਪਰ ਹੋਣਾ ਹੈ ਫਾਈਨਲ ਐਗਜ਼ਾਮ ਉਹ ਲੈ ਕੇ ਚੁਕਿਆ ਵਿਦਿਪੂਲ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਵੇਂ ਤੁਹਾਨੂੰ ਆਪਣੀ ਹਰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦਾ ਰਹੇ ਤੇ ਬਹੁਤ ਸਾਰੇ ਵਿਦਿਆਰਥੀ ਦੇ ਕਮੈਂਟ ਆ ਰਹੇ ਸੀ ਕਿ ਸਾਨੂੰ ਫੁੱਲ ਸੋਲਵ ਮੈਥ ਦਾ ਪੇਪਰ ਚਾਹੀਦਾ ਹੈ ਆਪਾਂ ਪਹਿਲੇ ਵੀ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਆਪਣੇ ਅੱਧਾ ਸੋਲਵ ਕੀਤਾ ਹੈ ਪਰ ਹੁਣ ਆ ਆਪਾਂ ਇਸ ਪੇਪਰ ਨੂੰ ਜੋ ਫੁੱਲ ਸੋਲਵ ਕਰਕੇ ਦਿਖਾਵਾਂਗੇ ਇਸ ਵਿੱਚ ਆਪਾਂ ਤੁਹਾਨੂੰ 1 ਅੰਕ ਵਾਲੇ 2 ਅੰਕ ਵਾਲੇ 4 ਅੰਕ ਅਤੇ 6 ਅੰਕ ਵਾਲਾ ਕਲਾਕਲਾ ਕੁਐਸਚਨ ਸੋਲਵ ਕਰਾਂਗੇ ਪੈਗ ਉੜਾ ਹਰੇਕ ਪ੍ਰਸ਼ਨ 1 ਅੰਕ ਦਾ ਹੈ ਪਹਿਲੇ ਤੁਸੀਂ ਸਹੀ ਵਿਕਲਪ ਦੀ ਚੋਣ ਕਰੋ ਪਿਆ ਹੈਗਾ ਹੇਠ ਲਿਖਿਆ ਸੰਖਿਆ ਵਿੱਚੋਂ ਕਿਹੜੀ ਪਰਮੇਯ ਸੰਖਿਆ ਹੈ ਇਹਨਾਂ ਅਸਰੇਗਾ ਬੀ 0 ਮ ਦੂਸਰਾ 64 ਬਟਾ 1 ਬਟਾ 2 ਦਾ ਮੁੱਲ ਹੈ ਕਿੰਨਾ ਮੁੱਲ ਹੈ ਇਹਦਾ ਅਸਰ ਹੈਗਾ a ਇਹਦਾ ਅਸਰ ਹੈਗਾ c 8 ਅੱਗੇ ਕੇ ਤੀਸਰਾ ਬਹੁਪਦ x³ x⁴ 3 ਦੀ ਘਾਤ ਕਿੰਨੀ ਹੈ ਇਹਦਾ ਅਸਰ ਹੈਗਾ b 5 ਅੱਗੇ 6 ਮਿੰਦੂ 3 ਤੇ 4 ਕਿਹਦੇ ਚੌਥਾਈ ਵਿੱਚ ਸਥਿਤ ਹੋਵੇਗਾ ਇਹਦਾ ਅਸਰ ਹੈਗਾ ਚੌਥਾ a ਅਗੇ ਪੰਜਵਾਂ ਸਹੀਥ ਲਿਖਿਆ ਵਿੱਚੋਂ ਕਿਹੜਾ x y 2 ਦਾ ਹੱਲ ਹੈ ਕਿਹੜਾ ਹੱਲ ਹੈ ਇਹਦਾ ਅਨਸਰ ਹੈਗਾ c 2 0 ਅਗੇ ਅਗਲੇ ਕੁਸ਼ਣ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਕਿੰਨੀਆਂ ਰੇਖਾਂ ਮੇ ਖਿੱਚੀਆਂ ਜਾ ਸਕਦੀਆਂ ਹਨ ਇਹਦਾ ਅਨਸਰ ਹੈਗਾ a ਇੱਕ ਖਿੱਚੀ ਜਾ ਸਕਦੀ ਹੈ ਅਗੇ ਕਿ ਦੂਸਰਾ ਸਪੂਰਨ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਜੋੜ ਹੁੰਦਾ ਕਿੰਨਾ ਹੁੰਦਾ ਇਹਦਾ ਅਨਸਰ ਹੈਗਾ c 180 ਡਿਗਰੀ ਅਗੇ ਜੇਕਰ ਜੇਕਰ ABC ਬਰਾਬਰ ਕੋ ਤ੍ਰਿਪੁਜ PQU R ਹੈ ਤਾਂ AB AB ਕਿਹਦੇ ਬਰਾਬਰ ਆ ਇਹਦਾ ਸਿਰਾ ਜੂ PQU ਮਤਲਬ C ਆਪਸ਼ਨ ਮਤਲਬ ਆਹ B ਆਪਸ਼ਨ PQU ਅਗੇ ਕੇ ਨੋਮਾ ਮਤਲਬ ਨੋਮਾ ਚੁਕਾ ਇੱਕ ਤ੍ਰਿਪੁਜ ਜਿਹਦੇ ਦੋ ਪੁਜਾ ਦਾ ਮਾਪ ਬਰਾਬਰ ਹੋਵੇ ਉਹਨੂੰ ਉਹਨਾਂ ਨੂੰ ਕੀ ਕਹਿੰਦੇ ਹਨ ਇਹ ਦਾ ਜਵਾਬ ਨੋਮੀਰਾ ਸਮ ਦੂਪੁਜੀ ਮਤਲਬ ਸੀ ਆਪਸ਼ਨ ਹੈ ਅੱਗੇ ਆ ਗਿਆ 10 ਚਤੂਭੁਜ ਦੇ ਤਿੰਨੇ ਕੋਣਾਂ ਦਾ ਮਾਪ 70 70 ਅਤੇ 120 ਹੋਵੇ ਤਾਂ ਇਸਦੇ ਚੌਥੇ ਕੋਣ ਦਾ ਮਾਪ ਕੀ ਹੋਵੇਗਾ ਤੁਹਾਨੂੰ ਪਤਾ ਹੀ ਹੈ ਚਾਰੇ ਕੋਣਾਂ ਦਾ ਜੋੜ 360 ਹੁੰਦਾ ਹੈ ਤਾਂ ਆਪਾਂ ਤਿੰਨਾਂ ਨੂੰ ਜੋੜ ਕੇ ਤੇ ਜੋ ਬਾਕੀ ਸੰਖਿਆ ਰਹੇਗੀ ਆਪਾਂ ਉਹ ਜਵਾਬ ਲਵਾਂਗਾ ਇਹਦਾ ਅਨਸਰ ਆਜੂ ਏ 120 ਡਿਗਰੀ ਅੱਗੇ 11ਵਾਂ ਦਿੱਤੇ ਚਿੱਤਰ ਵਿੱਚ x ਦਾ ਮੁੱਲ ਕੀ ਹੈ x ਦਾ ਮੁੱਲ ਕੀ ਹੈ x ਦਾ ਮੁੱਲ ਹੈਗਾ a 100 ਅੱਗੇ ਆ ਗਿਆ 12ਵਾਂ ਇੱਕ ਇੱਕ ਸੰਪੂਜੀ ਤ੍ਰਿਪੂ ਦਾ ਪਰਿਮਾਪ 30 ਸੈਂਟੀਮੀਟਰ ਹੈ ਇਹਦਾ ਹਰੇਕ ਪੂਜਾ ਦਾ ਮਾਪ ਕੀ ਹੋਵੇਗਾ ਇਹਦਾ ਹਰੇਕ ਪੂਜਾ ਦਾ ਮਾਪ ਹੋਵੇਗਾ ਮਤਲਬ 12ਵਾਂ ਕੁਐਸਚਨ ਆ ਇਹਦਾ ਆਊਗਾ 10 ਸੈਂਟੀਮੀਟਰ ਮਤਲਬ ਡੀ ਆਪਸ਼ਨ ਅੱਗੇ ਆ ਗਿਆ 13ਵਾਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ ਸ਼ੰਕੂ ਦੀ ਬਕਾ ਸਤਾ ਖੇਤਾ ਦਾ ਆਨਸਰ ਆ ਗਿਆ ਜੀ ਦਾ ਜੋ 13ਵਾਂ ਦਾ ਆਸਰ ਹੈਗਾ ਬੀ ਪਾਈ ਆਰ ਐਲ ਅੱਗੇ ਆ ਕੇ ਮਤਲਬ 14ਵਾਂ ਅਰਧ ਗੋਲੇ ਦਾ ਆਇਤਨ ਦਾ ਸੂਤਰ ਅਰਧ ਗੋਲੇ ਦਾ ਆਇਤਨ ਦਾ ਸੂਤਰ ਕੀ ਹੈ ਏ 2/3 ਪਾਈ ਆਰ ਦੀ 3 ਅੱਗੇ ਆ ਕੇ ਦਿੱਤੇ ਦਿੱਤੇ ਗਏ ਚਿੱਤਰ ਦੀ ਪਛਾਣ ਕਰੋ ਇਹ ਕਿਹੜਾ ਗ੍ਰਾਫ ਆ ਇਹਦਾ ਆਨਸਰ ਹੈਗਾ ਇਹ ਆਇਤ ਚਿੱਤਰ ਆ ਮਤਲਬ ਆਪਸ਼ਨ ਬੀ ਅੱਗੇ ਆ ਗਿਆ ਸੂਰਮਾ ਹੇਠ ਦਿੱਤੇ ਹੇਠਾ ਦਿੱਤੇ ਕਿਸ ਵਰਗ ਅੰਤਰਾਲ ਵਿੱਚ ਸੰਖਿਆ 25 ਸਮਕ ਕੀਤੀ ਜਾਵੇਗੀ ਕਿਸ ਵਰਗ ਅੰਤਰਾਲ ਵਿੱਚ ਜੋ ਸੰਖਿਆ 25 ਸਮਕ ਕੀਤੀ ਜਾਵੇਗੀ ਇਹਦਾ ਅੰਸ ਹੈਗਾ 25 ਤੋਂ ਲੈ ਕੇ 30 ਤੱਕ ਮਤਲਬ A ਆਪਸ਼ਨ ਅੱਗੇ ਆ ਗਿਆ ਸਹੀ ਹੈ ਸਹੀ ਜਾਂ ਗਲਤ ਦੱਸੋ ਪਹਿਲਾ ਹੈਗਾ ਆ ਇੱਕ ਪ੍ਰਿਮੇ ਸੰਖਿਆ ਹੈ ਪਹਿਲਾ ਕੀ ਹੈ ਗਲਤ ਅਗਲਾ ਦੂਸਰਾ x2 x1 2 ਘਾਤੀ ਬਹੁਪਦ ਹੈ ਇਹ ਸਹੀ ਆ ਅਗਰ ਤੀਸਰਾ ਬਹੁਪਦ x x5 5x 4 ਦੀ ਘਾਤ 5 ਹੈ ਇਹ ਵੀ ਬਿਲਕੁਲ ਹੀ ਸਹੀ ਆ ਅਗਰ ਚੌਥਾ ਤੁਰੰਤ ਦੇ ਘਾਤ ਵੀ ਬਿੰਦੂ ਦਾ ਮੂਲ ਬਿੰਦੂ ਕਿਹਾ ਜਾਂਦਾ ਹੈ ਇਹ ਵੀ ਬਿਲਕੁਲ ਸਹੀ ਆ ਅਗਰ ਪੰਜਵਾਂ ਸਾਲੇ ਕੋਣ ਸਮਕੋਣ ਇੱਕ ਦੂਜੇ ਦੇ ਬਰਾਬਰ ਹੁੰਦੇ ਹਨ ਇਹ ਵੀ ਸਹੀ ਆ ਅਗੇ 6ਵਾਂ ਸਮਾਂਤਰ ਸਮੰਤਰ ਚਤਪੂ ਦੇ ਸੰਮੁਖ ਪੂਜਾ ਮੈਂ ਬਰਾਬਰ ਨਹੀਂ ਹੁੰਦੀਆਂ ਹਨ ਇਹ ਗਲਤ ਆਗੇ 7ਵਾਂ ਆ ਗਿਆ ਜੇਕਰ a b ਅਤੇ c ਕਿਸੇ ਤ੍ਰਿਭੁਜ ਦੀ ਪੂਜਾ ਮੈਂ ਦੀ ਲੰਬਾਈ ਹੋਵੇ ਤਾਂ ਇਸਦਾ ਖੇਤਰ s a s b ਅਤੇ s c ਹੋਵੇਗਾ ਇਹ ਬਿਲਕੁਲ ਹੀ ਸਹੀ ਆ ਇਸ ਪਕਾ ਤੁਸੀਂ ਇਹ ਕਰਕੇ ਆ ਜਾਣਾ ਹੈ ਅੱਗੇ ਅੱਗੇ ਖਾਲਿਸਤਾਨ ਪਰੋ ਪਹਿਲੇ ਹੈਗੇ ਸਾਰੇ ਪਰਮੇਸ਼ ਸੰਖਿਆਵਾਂ ਅਤੇ ਅਪਰਮੇਸ਼ ਸੰਖਿਆਵਾਂ ਨੂੰ ਇਕੱਠਾ ਇਕੱਠਾ ਲੈਣ ਤੇ ਦੇਹ ਸੰਖਿਆ ਦਾ ਸੰਗ੍ਰਹਿ ਪ੍ਰਾਪਤ ਹੁੰਦਾ ਹੈ ਇਹਦਾ ਅਸਰ ਹੈਗਾ ਵਾਸਤਵਿਕ ਪਹਿਲੇ ਦਾ ਅਸਰ ਆਜੂਗਾ ਵਾਸਤਵਿਕ ਅਗਰ ਦੂਸਰਾ ਇੱਕ ਘਾਤ ਵਾਲੇ ਬਹੁਪਦ ਨੂੰ ਦੇਹ ਬਹੁਪਦ ਕਿਹਾ ਜਾਂਦਾ ਹੈ ਇਹਦਾ ਇਹਦਾ ਵੀ ਅਸਰ ਆਜੂ ਵਾਸਤਵਿਕ ਇਹਦਾ ਮਤਲਬ ਦੂਜੇ ਦਾ ਵੀ ਇਹੀ ਆਨਸਰ ਆ ਅੱਗੇ ਕਿ ਤੀਸਰਾ ਸਮੀਕਰਨ x y 5 2 चला वाला रेखा वाली डैश समीकरण है एदा आंसर आਜੂਆ ਰੇਖਿਕ ਮਤਲਬ ਤੀਸੇ ਦਾ ਆਜੂਆ ਰੇਖਿਕ ਇਸ ਪ੍ਰਕਾਰ ਤੁਸੀਂ ਲਿਖਿਆ ਹੋਣਾ ਹੈ ਅੱਗੇ ਕਿ ਚੌਥਾ ਰੇਖੀ ਕੋਣ ਜੋੜ ਦਾ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ ਇਹਦਾ ਸਜੂ ਮਤਲਬ ਚੌਥੀ ਦਾ 180° ਅਗਗਾ ਪੰਜਵਾਂ ਦੋ ਤ੍ਰਿਭੁਜ ਦੀ ਸਰਬਸੰਗਤਤਾ ਨੂੰ ਡੈਸ਼ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ ਇਹਦਾ ਸਵਰ ਹੈਗਾ ਪੰਜਵੇਂ ਦਾ ਜੁਗਾ ਪਹਿਲੇ ਤੁਸੀਂ ਬਰਾਬਰ ਦਾ ਚਿੰਨ੍ਹ ਲਾਉਣਾ ਅਗਿਰੋ ਤਿਆਬ ਤੀਲਜਾ ਬਣਾ ਦੇਣਾ ਇਸ ਸਵਰ ਪੱਕਾ ਜਵਾਬ ਸਜੂਗਾ ਅਗਗਾ ਛੇਵਾਂ ਚੱਕਰੀ ਚਤ੍ਰਪੂਜ ਦੇ ਸ੍ਰਮੁਖ ਕੋਣਾਂ ਦਾ ਜੋੜ ਡੈਸ਼ ਜੋੜ ਡੈਸ਼ ਹੁੰਦਾ ਹੈ ਇਹਦਾ ਸਵਰ ਹੈਗਾ ਛੇਵੇਂ ਦਾ 180 ਅਗਗਾ ਸੱਤਵਾਂ ਸਤਮਿਰਾ ਸੰਕੂਦੀ ਕੂਲ ਸਤਾ ਦਾ ਖੇਤਾ ਫਰਦਾਇਸ਼ ਹੁੰਦਾ ਹੈ ਕੀ ਹੁੰਦਾ ਹੈ ਇਹਦਾ ਸਿਰਕਾ ਸਤਮਿਰਾ ਪਹਿਲੇ ਤੁਸੀਂ ਲਿਖਣਾ ਪਾਈ ਆਰ ਅਗੇ ਐਲ ਤੇ ਇਹਦੇ ਨਾਲ ਹੀ ਲਿਖਣਾ ਆਰ ਪਲੱਸ ਐਲ ਅਗੇ ਬਰੈਕਟ ਬੰਦ ਇਹ ਰਿਹਾ ਅਨਸਰ ਆ ਜਾਊਗਾ ਅਗੇ ਭਾਗ ਆੜਾ ਆ ਚੁੱਕਾ ਹੈ ਇਹਦੇ ਤੁਸੀਂ ਇੱਕ ਕੁਐਸਚਨ ਦੇਖ ਲਓ ਆ ਤੁਹਾਨੂੰ ਕੁਐਸਚਨ ਆਹੀ ਵੀਡੀਓ ਦੇ ਵਿੱਚ ਕਰਵਾ ਦੇਵਾਂਗੇ ਇਹ ਕਾ ਤੁਸੀਂ ਪ੍ਰੈਕਟਿਸਨ ਚੈੱਕ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਕੁਐਸਚਨ ਹਨ ਦੋਸਤੋ ਆਪਾਂ ਤੁਹਾਨੂੰ ਭਾਗ ਆਰ ਕਰਵਾ ਦਿੰਨੇ ਆ ਜਿਸ ਵਿੱਚ ਦੋ ਅੰਕਾਂ ਵੇ ਪ੍ਰੈਸ਼ਨਸ ਸੀ ਜਿਵੇਂ ਚੌਥਾ ਪ੍ਰੈਸ਼ਨ ਸੀ 5 ਭਾਗ ਦੀ ਭਾਗ 3 ਦੀ 2 ਹਾ ਇਹਨੂੰ ਹੱਲ ਕਰਨ ਤੁਸੀਂ ਸੈਲਵ ਕਰੋ ਕਰਨਾ ਸੀ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਜੋ ਬ੍ਰੈਕਟ ਦੇ ਵਿੱਚ 5 ਭਾਗ 3 ਆ ਦੋ ਵਾਰ ਆਪਾਂ ਲਿਖ ਦੇਵਾਂਗੇ ਫਿਰ 25 5 ਦੀ ਭਾਗ 3 ਫੇਰ ਦੁਬਾਰਾ ਆਪਾਂ 5 5 ਭਾਗ ਦੀ 3 ਤੇ ਪਲੱਸ ਭਾਗ ਦੇ ਨੋ ਲਿਖ ਦੇਮਗੇ ਅੱਗੇ 25 ਪਲੱਸ ਭਾਗ ਦੇ 10 ਵਟਾ 3 ਤੇ ਪਲੱਸ 3 ਆ ਜਾਊਗਾ ਅੱਗੇ 28 ਜੋ 25 ਦੇ ਵਿੱਚ ਜੋ 3 ਐਂਡ ਤੇ ਆ ਉਹ ਜੁੜ ਜਾ ਵੀਗਾ 28. ਜੂਆ ਤੇ 28 ਪਲੱਸ 10 ਭਾਗ ਦੇ 3 ਇਹ ਰਾਂ ਅੰਸਰ ਆ ਜਾਵੇਗਾ ਇਸ ਪ੍ਰਕਾਰ ਤੁਸੀਂ ਕਰ ਸਕਦੇ ਹੋ ਅੱਗੇ ਹੈਗਾ ਤਿੱਤੇ ਚਿੱਤਰ ਵਿੱਚ ਪਕਯੂ ਆਰ ਪਆਰਕਯੂ ਹੈ ਤਾਂ ਸਿੱਧ ਕਰੋ ਕਿ ਪਯੂ ਕੋ ਪਕਯੂ ਪਆਰਤੀ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਪਹਿਲਾਂ ਤੁਸੀਂ ਲਿਖਣਾ ਪਕਯੂ ਆਰ PR ਕਿਉ ਦਿੱਤਾ ਗਿਆ ਹੈ ਫਿਰ ਕੋਣ 1 ਕੋਣ 2 ਲਿਖੋਗੇ ਫਿਰ ਕੋਣ 4 180 L ਫਿਰ ਲਿਖੋ ਤੁਸੀਂ ਕੋਣ 3 180 ਕੋਣ 2 ਮਤਲਬ ਇਹ ਦੇਖੀ ਜੋ ਆਜੂ ਇਸਕਾ ਕਿਆ ਆਜੂ ਚਾਰ ਤੇ ਜੋ ਤਿੰਨ ਬਰਾਬਰ ਆ ਜਾਣਗੇ ਇਹ ਆਪਾਂ ਕੋਣ 1 ਦੀ ਬਲ ਤੋਂ ਕਹਿੰਦੇ ਆਪਾਂ ਨੂੰ ਜੋ P ਆ PQS ਅਤੇ PRT ਜੋ ਮਤਲਬ ਹੋਆ ਕੋਣ ਉਹ ਬਰਾਬਰ ਆ ਜਾਵੇਗਾ ਅਗੇ ਸੇਮਾ ਸਿੱਧ ਕਰੋ ਕਿ ਕਿਸੇ ਸਮਾਂਤਰ ਚਤਪੂਜ ਦਾ ਬਿਕਰਨ ਉਸ ਨੂੰ ਦੋ ਸਰਬਸੰਗਪੂਜਾ ਮਦੇ ਵਿੱਚ ਵੰਡਦਾ ਹੈ ਤੁਸੀਂ ਲਿਖਣਾ ਸਭ ਤੋਂ ਪਹਿਲਾਂ ਮੰਨ ਲਓ ਏ ਬੀ ਸੀ ਡੀ ਇੱਕ ਸਮਾਂਤਰ ਚਤਪੂਜ ਹੈ ਅਤੇ ਏ ਸੀ ਉਸ ਦਾ ਇੱਕ ਬਿਕਰਨ ਹੈ ਦੇਖੋ ਕਿ ਬਿਕਰਨ ਏ ਸੀ ਸਮਾਂਤਰ ਚਤਪੂਜ ਏ ਬੀ ਸੀ ਡੀ ਨੂੰ ਦੋ ਤ੍ਰਿਪੂਜ ਏ ਬੀ ਸੀ ਅਤੇ ਸੀ ਡੀ ਏ ਵਿੱਚ ਵੰਡਦਾ ਹੈ ਸਾਨੂੰ ਸਿੱਧ ਕਰਨਾ ਹੈ ਕਿ ਇਹ ਦੋਵੇਂ ਤ੍ਰਿਪੂਜ ਸਰਬਸੰਗ ਹਨ ਫਿਰ ਤੁਸੀਂ ਲਿਖੋਗੇ ਕੋਣ ਏ ਬੀ ਸੀ ਅਤੇ ਸੀ ਡੀ ਏ ਦੇ ਧਿਆਨ ਵਿੱਚ ਬਿਲਕੁਲ ਤਿਆਨ ਦਿਓ ਕਿ bc ਬਰਾਬਰ ad ਹੈ ਅਤੇ ac ac ਇੱਕ ਕਾਠੀ ਰੇਖਾ ਹੈ ਇਸ ਲਈ bca ਬਰਾਬਰ dac ਇਕੰਤਰ ਕੋਣਾਂ ਦਾ ਜੋੜਾ ਨਾਲ ਹੀ ab ਬਰਾਬਰ dc ਅਤੇ ac ਇੱਕ ਕਾਠੀ ਰੇਖਾ ਹੈ ਇਸ ਲਈ bac ਬਰਾਬਰ ਬਰਾਬਰ ਹੈ dca ਇਕੰਤਰ ਕੋਣਾਂ ਦਾ ਜੋੜਾ ਅਤੇ ਤੁਸੀਂ ਲਿਖੋਗੇ ac ਬਰਾਬਰ ce ਇੱਕ ਸਾਂਝੀ ਭੂਜਾ ਇਸ ਲਈ त्रिभुज एबीसी बराबर ਹੈਗੀ ਹੈ ਮਤਲਬ ਸਮ ਹੈਗੀ ਹੈ ਸੀਡੀ ਕਿਉਂਕਿ ਇਥੇ ਜੋ ਨਿਯਮ ਹੁੰਦਾ ਐ ਐਸਏਐਸ ਨਿਯਮ ਲੱਗਦਾ ਅਰਥਾਤ ਬਿਕਰਨ ਏਸੀ ਸਮਾਂਤਰ ਚਤਪੁਜੇ एबीसीडी ਨੂੰ ਦੋ ਸਮਤਲ ਸਰਗਮ ਤ੍ਰਿभुज एबीसी ਅਤੇ ਸੀਡੀਏ ਵਿੱਚ ਵੰਡਦਾ ਹੈਗਾ ਇਹ ਸਿੱਧ ਹੋ ਗਿਆ ਤੇ ਅਗਗੇ ਸਤਵਾਂ ਗੋਲੇ ਦੀ ਸਤਾ ਦਾ ਖੇਤਰਫਲ ਪਤਾ ਕਰੋ ਜਿਸਦਾ ਵਿਆਸ ਵਿਆਸ 14 ਹੋਵੇ 14 ਸੈਂਟੀਮੀਟਰ ਹੋਵੇ ਪਹਿਲੇ ਤੁਸੀਂ ਗੋਲੇ ਦਾ ਵਿਆਸ ਲਿਖੋਗੇ ਜੋ 14 ਸੈਂਟੀਮੀਟਰ ਦਿੱਤਾ ਗਿਆ ਫਿਰ ਆਪਾਂ ਇਹਦਾ ਅਰਧ ਵਿਆਸ ਪਤਾ ਕਰਾਂਗੇ ਜਿਹਦਾ ਫਾਰਮੂਲਾ ਹੈਗਾ 14 ਵਟਾ 2 ਇਹਦਾ ਆਨਸਰ ਆਜੂ 7 ਅੱਗੇ ਆਪਾਂ ਇਹਦਾ ਖੇਤਰਫਲ ਪਤਾ ਕਰਾਂਗੇ ਜਿਹਦਾ ਫਾਰਮੂਲਾ ਹੈਗਾ 4 ਪਾਈ r ਦੀ 2 ਅੱਗੇ ਤੁਸੀਂ ਲਿਖੋਗੇ 4 ਗੁਣਾ ਪਾਈਂਡ ਖੁੱਲ ਕੇ ਆਪਾਂ 22 ਵਟਾ 7 ਲਿਖ ਦੇਵਾਂਗੇ ਅੱਗੇ r ਦੀ ਦੂਸਰ ਇਸ ਕਰਕੇ 7 ਆਪਾਂ 2 ਵਗੁਣਾ ਕਰ ਦੇਵਾਂਗੇ ਅੱਗੇ 7 ਨਾਲ 7 ਕੱਟਿਆ ਜਾਏਗਾ ਤਾਂ ਬਰਾਬਰ ਆਜੂਆਪੇ ਕੋ ਮਤਲਬ 4 12/88 ਅੱਗੇ 17 ਸਤਾਈਆਂ ਕਿ 88 17 308 ਸੈਂਟੀਮੀਟਰ ਦਾ ਆਨਸਰ ਆ ਜਾਵੇਗਾ ਸੱਤਵੇਂ ਦਾ ਅੱਗੇ ਪਾ ਈੜੀ ਚਾਰ ਅੰਕਾਂ ਬਰਿਪਲੇਸ਼ਨ ਪਹਿਲੇ ਹੈਗਾ ਸੀ ਦਾ ਨਿਰਦੇਸ਼ਕ ਸੀ ਦੇ ਨਿਰਦੇਸ਼ਕ ਹੈਗਾ 5 ਮਾਤੇ -5 ਅੱਗੇ ਹੈਗਾ ਨਿਰਦੇਸ਼ ਅੰਕ 5 -3 -5 ਦੂਰ ਪਾਸਾ ਨੇ ਗਏ ਬਿੰਦੂ ਕਿਹੜਾ ਬਿੰਦੂ ਹੈ ਈ ਅੱਗੇ ਹੈਗਾ ਤੀਸਰਾ ਬਿੰਦੂ ਐਚ ਦੀ ਕੋਟੀ ਇਹਦਾ ਆਨਸਰ ਹੈਗਾ -5 ਤੇ -3 ਇਹ ਬਿੰਦੂ ਹੈ ਲਦਾ ਨਿਰਦੇਸ਼ਕ ਇਹਦਾ ਅਨਸਰ ਜੋ 0 5 ਅੱਗੇ ਸਮੀਕਰਨ x 4y ਦੇ ਕੋਈ ਚਾਰ ਹੱਲ ਪਤਾ ਕਰੋ ਪਹਿਲਾਂ ਆਪਾਂ y ਨੂੰ 0 ਮੰਨ ਲਵਾਂਗੇ ਫਿਰ ਆਪਾਂ ਲਿਖਾਂਗੇ x 4 ਬਰੈਕਟ ਵਿੱਚ 0 ਇਹਦਾ ਅਨਸਰ ਜੋ 0 ਅੱਗੇ ਆਪਾਂ y ਨੂੰ 1 ਮੰਨ ਲਵਾਂਗੇ ਫਿਰ x x x न, x ਨਹੀਂ ਸਾਨੂੰ ਉਸੇ ਗਲਤੀਆਂ ਬਰਾਬਰ ਲਿਖਿਆ ਗਿਆ x 4 ਬਰੈਕਟ 1 x 4 ਅਗੇ ਬਾਈ ਨੂੰ ਆਪਾਂ 2 ਮੰਨ ਕੇ ਦੇਖਦੇ ਹਾਂ x 4 ਬਰੈਕਟ 2 ਇਸ ਫਿਰ ਅਨਸਰ ਆ ਜੋ 8 ਫਿਰ ਆਪਾਂ ਬਾਈ ਨੂੰ 3 ਮੰਨਾਂਗੇ ਫਿਰ x 4 ਬਰੈਕਟ 3 ਫਿਰ ਅਨਸਰ ਆ ਜੋ 12 ਇਸ ਪ੍ਰਕਾਰ ਇਹਦੇ ਚਾਰ ਆਨਸਰ ਆ ਗਏ ਇੱਕ ਆਨਸਰ ਆ ਗਏ 0 ਇੱਕ 4 ਇੱਕ 8 ਤੇ ਇੱਕ 12 ਅਗੇ ਦਸਵਾ ਦਿੱਤੀ ਚਤਰ ਵਿਚ ਚਤਪੂਜ ABCD ਵਿਚ AC ਅਤੇ AD ਅਤੇ AB ਕੋਣ A ਨੂੰ ਸੰਦੂਪਾਜਿਤ ਕਰਦੀ ਹੈ ਸਿੱਧ ਕਰੋ ਕਿ ABC ਸਰਗਸਮ ABD ਤੁਸੀਂ BC ਅਤੇ BD ਬਾਰੇ ਕੀ ਕਹਿੰਦੇ ਹੋ ਦਿੱਤਾ ਹੈ ਚਤਰਪੁਜ ABCD ਵਿੱਚ AC ਅਤੇ AD ਹੈ ਅਤੇ AB A ਨੂੰ ਸੰਦੂਪਾਜਿਤ ਕਰਦੀ ਹੈ ਇਸ ਦਾ ਸਿੱਧ ਕਰਨਾ ਹੈ ਤ੍ਰਿਪੁਜ ABCD ਸਰਗਸਮ ABD ਹੈ ਸਬੂਤ ਹੈਗਾ ਇਹਦਾ ਆਪਣੇ ਕੋਲ ਪਹਿਲਾਂ ਤ੍ਰਿਪੁਜ ABC ਸਰਗਸਮ ABD एबीडी ਵਿੱਚੋਂ ਏਸੀ ਅਤੇ ਏਡੀ ਦਿੱਤਾ ਹੈ ਆਪ ਨੂੰ ਬਰਾਬਰ ਦਿੱਤਾ ਹੈ ਅੱਗੇ ਬੀਏਸੀ ਬਰਾਬਰ ਬੀਡੀ ਏਬੀ ਅਤੇ ਮਤਲਬ ਮਤਲਬ ਜੋ ਕੋਣ ਏ ਆ ਨੂੰ ਸਮਦੁਪਾਜੀ ਤੇ ਕਰਦਾ ਹੈ ਏਬੀ ਅਤੇ ਏਬੀ ਏਬੀ ਸਾਂਝੀ ਪੂਜ ਇੱਕ ਦੋਨਾਂ ਦੇ ਕੋਣ ਦੇ ਪੂਜ ਦੇ ਵਿੱਚ ਐਸਸੀਐਸ ਸਰਗਸਮ ਨਿਜਮ ਅਨੁਸਾਰ ਏਬੀਸੀ ਬਰਾਬਰ ਹੈਗੇ ਏਬੀਡੀ ਬੀਸੀ ਬਰਾਬਰ ਬੀਡੀ ਐਸਪੀਸੀਟੀ ਤੁਸੀਂ ਲਿਖ ਕੇ ਦਾ ਅਨਸਰ ਕਰ ਸਕਦੇ ਹੋ ਅੱਗੇ 11ਵਾਂ ਆ ਗਿਆ ਦਿੱਤੇ ਚਿੱਤਰ ਵਿੱਚ BEC 130 ਅਤੇ BCD B B ਤਾਂ 20 ਕੋਨ ਬੀ ਇਹ ਸੀ ਪਤਾ ਕਰੋ ਇਸ ਪਕਤ ਇਹ ਅਨਸਰ ਲਿਖਿਆ ਗਿਆ ਇਹਨੂੰ ਤਿਆਨਪੁਰਕ ਦੇਖ ਕੇ ਫਿਰ ਤੁਸੀਂ ਨੇ ਆਪਣੇ ਲਿਖ ਕੇ ਆਣਾ ਹੈ ਅੱਗੇ ਆ ਗਿਆ 12ਵਾਂ 12ਵਾਂ ਤਾਂ ਹੁਣ ਇੱਕ ਤ੍ਰਿਪੂ ਦੀ ਪੂਜਾਮਦਾ ਅਨੁਪਾਤ 12 17 ਅਤੇ 25 ਹੋਵੇ ਅਤੇ ਉਹਦਾ ਪ੍ਰਿਮਾਪ 540 ਹੋਵੇ ਇਸ ਦਾ ਤ੍ਰਿਪੂ ਦਾ ਖੇਤਫਲ ਪਤਾ ਪਤਾ ਕਰੋ ਪਹਿਤੂਸ ਲਿਖੂਗੇ ਜੋ ਆਪਾਂ ਅਨਪਾਦ ਦਿੱਤਾ ਗਿਆ ਫਿਰ ਪਰਿਮਾਪ ਲਿਖਣਾ ਫਿਰ ਆਪਾਂ a ਮੰਨ ਲਿਆ ਗਿਆ ਆਪਾਂ 12x ਨੂੰ ਫਿਰ b ਆਪਾਂ ਮੰਨ ਲਿਆ ਗਿਆ 17x ਨੂੰ ਤੇ c ਆਪਾਂ 25x ਮੰਨ ਲਿਆ ਗਿਆ ਫਿਰ ਆਪਾਂ a प्लस, b प्लस, c 540 ਆ ਜੂਗਾ ਫਿਰ ਆਪਾਂ 12x 17x ਮਤਲਬ ਜੋ ਅੱਗੇ 25x ਸੀ ਬਰਾਬਰ ਆਜੂ 540 ਅਗੇ ਇਹਨਾਂ ਮਤਲਬ 12 17 ਤੇ 25 ਦੇ ਜੋੜ ਆਜੂਗਾ 54 54x ਬਤਾ 540 ਅੱਗੇ ਆਪਾਂ ਇਹਨੂੰ ਮਤਲਬ ਜੋ ਚਰਨਜਾ ਇਧਰ ਆਪਣੇ ਕੋਲ ਗੁਣਾਂ ਦੇ ਵਿੱਚ ਆ ਉਧਰ ਆਪਾਂ ਇਹਨੂੰ ਭੇਜ ਦਵਾਂਗੇ ਭਾਗ ਦੇ ਵਿੱਚ ਆ ਜੂਗਾ 53 ਬਤਾ ਆਪਾਂ ਮਤਲਬ 540 ਬਤਾ 54 ਲਿਖ ਕੇ ਇਹਨੂੰ ਘੱਟ ਕੇ ਆਪਾਂ x 10 ਦੇ ਦਾਂਗੇ ਅੱਗੇ ਮਤਲਬ x 1x ਦਾ ਮੁੱਲ ਹੋ ਗਿਆ 10 ਤਾਂ 12x ਦਾ ਮੁੱਲ ਕਿੰਨਾ ਹੋ ਜੀ 120 ਇਸਕਾ ਇਹ ਪਹਿਲੀ ਭੁਜਾ ਸੀ ਮਤਲਬ 12 ਅਨੁਪਾਤ ਦਿੱਤਾ ਗਿਆ ਸੋ 120 ਆ ਜੂਗੀ ਜਿਸ ਤਰ੍ਹਾਂ ਅਨੁਪਾਤ ਦਿੱਤਾ ਗਿਆ ਸੋ 117 ਆ ਜੂਗਾ ਤੇ ਜੋ 25 ਅਨੁਪਾਸ ਸੀ 250 ਆ ਜਾਵੇਗਾ ਇਸਪਰ ਕਾ ਤੁਸੀਂ ਕਰ ਸਕਦੇ ਹੋ अगर आह फार्मूले फार्मूलाते लगा देना है ब फिर लिखोगे एस बराबर पांच सौ चाली बत्ता दो आंसर जो दो सौ सत्तर अगर तुम लिखोगे यह फार्मूला अपलाई करोगे एस बराबर एस माइनस ए एस माइनस बीते एस माइनस सी एस का आपको दो सौ सत्तर असी दो सौ सत्तर दो सौ सत्तर माइनस एक सौ भी ਫਿਰ ਆਪਾਂ 270 ਜੀ ਬੀਕ੍ਰਮ ਅਗੇ ਇਸਲੇ ਮੁਲ ਆਪਣੇ ਕੋਲ ਸੀ 270 ਤੇ ਬੀਰਮ ਉਹ 170 ਫਿਰ ਆਪਾਂ ਐਸਮੈਸੀ ਕਰਾਂਗੇ ਇਸਲੇ ਮੁਲ ਸਿੱਧਾ ਕੋਲ 270 ਤੇ ਸੀਰਮ ਉਹ 600 200 ਆਪ ਇਹਨੂੰ ਘਟਾ ਦੇਵਾਂਗੇ ਫਿਰ 9 3 10 5 10 10 ਦੇ 2 2 10 ਆ ਜਾਊਗਾ ਫਿਰ ਆਪਾਂ ਇਹਨੂੰ ਲਿਖਾਂਗੇ 9 9 5 2 10 ਦੇ 2 ਅਗਿਆ ਆਪਾਂ 3 3 10 ਦੀ 10 ਕਰ ਦੇਵਾਂਗੇ ਅੱਗੇ ਆਪਾਂ ਕੋ ਆਜੂਗਾ ਸੰਖਿਆ 3 3 10 ਦੀ 3 ਫਿਰ ਬਰਾਬਰ ਆਜੂ 3 3 1000 ਤੀਨ ਨੂੰ ਆਪਾਂ ਫਿਰ ਗੁਣਾ ਕਰਕੇ ਜਿਹੜਾ ਅਨਸਰ ਆਪਾਂ 9000 ਸੈਂਟੀਮੀਟਰ ਆਪਣੇ ਕੋਲ ਆ ਜਾਵੇਗਾ ਅਗੇ 13ਵਾਂ ਕੁਐਸਚਨ ਹੈਗਾ ਇੱਕ ਗੋਲਾਕਾਰ ਗੁਬਲੀ ਵਿੱਚ ਹਵਾ ਭਰਨ ਦੀ ਇਸਦਾ ਅਰਧ ਅਰਧ ਵਿਆਸ 7 ਸੈਂਟੀਮੀਟਰ ਤੋਂ 14 ਸੈਂਟੀਮੀਟਰ ਹੋ ਜਾਂਦਾ ਹੈ ਇਹਨਾਂ ਦੋਨੋਂ ਸਥਿਤੀਆਂ ਵਿੱਚ ਗੁਬਲੀ ਦੀ ਬਕਰ ਸਤਾ ਦਾ ਖੇਤਰਫਲ ਦਾ ਅਨੁਪਾਤ ਪਤਾ ਕਰੋ ਫਿਰ ਉਸ ਪਹਿਲੇ ਤੁਸੀਂ ਲਿਖੋਗੇ ਹਵਾ ਭਰਨ ਤੋਂ ਪਹਿਲਾਂ ਗੋਲੇ ਦਾ ਅਰਧ ਵਿਆਸ 7 ਸੈਂਟੀਮੀਟਰ ਸੀ ਹੁ ਵਾਪਨ ਤੋਂ ਬਾਅਦ ਕਿੰਨਾ ਹੋ ਗਿਆ 14 ਸੈਂਟੀਮੀਟਰ ਹੁ ਵਾਪਨ ਦੀ ਪਹਿਲਾਂ ਬਕਰ ਸਤਾ ਦਾ ਖੇਤਰਫਲ 4 ਪਾਈ r ਦੀ 2 ਫਿਰ ਬਾਅਦ ਵਿੱਚ ਆਉਗਾ 4 ਪਾਈ r ਦੀ 2 ਦੀ 2 ਫਿਰ ਤੁਸੀਂ ਲਿਖੋ ਦੋਨਾਂ ਦਾ ਅਨੁਪਾਤ ਇਹ ਤੁਸੀਂ ਫਾਰਮੂਲਾ ਲਿਖ ਦਿਓਗੇ ਇਹਨੂੰ ਅਨੁਪਾਤ ਵਿੱਚ ਕਰ ਦੇਣਾ ਹੈ ਅਗੇ ਤੁਹਾਡਾ 1/4 ਇਹਦਾ ਆਨਸਰ ਹੈ ਜੋ ਮਤਲਬ 1.1.4 ਅਨੁਪਾਤ ਦੇ ਵਿੱਚ ਹੈਗਾ ਅਗੇ ਅਗੇ ਭਾਗ ਸਸਾ ਸੀ ਅੰਕਾਂ ਬੇ ਪ੍ਰਸ਼ਨ ਹਨ ਜਿਵੇਂ 14ਵਾਂ ਪ੍ਰਸ਼ਨ ਹੈਗਾ x^3 ਜਾਂਚ ਕਰਨੀ ਹੈ x^3 2y ਦੀ 3 x b ਤੇ ਬਰੈਕਟ ਕੋ ਦੁਬਾਰੇ ਬਰੈਕਟ ਵਿੱਚ ਆਊਗਾ x^2 xy y^2 ਇਹਨੂੰ ਆਪਾਂ ਇਹਦੇ ਵਿੱਚ ਆਪਾਂ ਅਰਚ ਐਰਚ ਦੀ ਬਤੂ ਕਰਾਂਗੇ x b ਬਰੈਕਟ ਵਿੱਚ ਲਿਖ ਕੇ ਫਿਰ ਇੱਕ ਹੋਰ ਬਰੈਕਟ ਵਿੱਚ x ਦੀ 2 x y y ਦੀ 2 x ਬ੍ਰੈਕਟ x ਦੀ 2 x y y ਦੀ 2 ਫਿਰ ਤੁਸੀਂ -y ਲਿਖ ਕੇ ਬ੍ਰੈਕਟ ਚ x ਦੀ 2 x y y ਦੀ 2 ਲਿਖੋਗੇ ਫਿਰ ਬਰਾਬਰ ਤੁਸੀਂ ਲਿਖੋਗੇ x x ਦੀ 3 y ਦੀ 2 y x, x y ਦੀ 2 x ਦੀ 2 y ਅੱਗੇ x y ਦੀ 2 ਤੇ y ਦੀ 3 ਅੱਗੇ ਬਰਾਬਰ ਆ ਜੂਗਾ x ਦੀ बराबर 22 दे 3 एलएचएस लिख के क्वेश्चन ਇੱਥੇ ਸੋਲਵ ਹੋ ਜਾਗਾ ਅਗੇ 15ਵਾਂ ਕੁਐਸਚਨ ਸੀ ਉਹ ਤੁਸੀਂ ਆਪਣੇ ਆਪ ਹੀ ਕਰ ਲੈਣਾ ਹੈ ਅਗੇ 16ਵਾਂ ਕੁਐਸਚਨ ਸੀ ਇੱਕ ਪ੍ਰੀਖਿਆ ਵਿੱਚ ਇੱਕ ਜਮਾਤ ਦੇ 51 ਵਿਦਿਆਰਥੀਆਂ ਦੁਆਰਾ 100 ਵਿੱਚ ਪ੍ਰਾਪਤ ਅੰਕ ਹੇਠ ਦਿੱਤੇ ਸਾਰਣੀ ਵਿੱਚ ਦਿੱਤੇ ਗਏ ਹਨ ਸੰਗਤ ਬਾਰੰਬਾਰਤਾ ਬਹੁਭੂਜ ਬਣਾਓ ਇਹਦੇ ਅਨਸਾਰ ਤੁਸੀਂ ਲਿਖ ਸਕਦੇ ਹੋ ਜਿਵੇਂ ਜਿਵੇਂ ਆਪਾਂ 0 ਤੋਂ ਲੈ ਕੇ 10 ਤੱਕ ਅੰਕ ਪ੍ਰਾਪਤ ਕੀਤੇ ਸੀ ਪੰਜ ਵਿਦਿਆਰਥੀਆਂ ਦੇ ਇਸਕਾ ਕੇ ਪੰਜ ਤੱਕ ਦੱਬੀ ਬਣਾ ਦਾਂਗੇ ਫਿਰ 10 ਤੋਂ ਲੈ ਕੇ 20 ਤੱਕ ਪ੍ਰਾਪਤ ਕੀਤੇ 10 ਜਣੇ ਨੇ ਤਾਂ ਉਹ ਉੱਥੇ ਦੱਬੀ ਬਣਾ ਦਾਂਗੇ ਉੱਥੇ ਤੱਕ ਮੈਂ ਤਾਂ 10 ਤੱਕ ਬਣਾ ਦੇਵਾਂਗੇ ਅੱਗੇ ਆਪਾਂ ਤੁਮ ਜਿਸ ਪ੍ਰਕਾਰ ਜਿਸ ਪ੍ਰਕਾਰ ਆਪ ਨੂੰ ਬਦਿੱਤੇ ਹੋਣਗੇ ਆਪਾਂ ਉਸੇ ਪ੍ਰਕਾਰ ਦੱਬੀਆਂ ਬਣਾਉਂਦੇ ਰਹਾਂਗੇ ਇਸ ਪ੍ਰਕਾਰ ਇਹ ਕੌਸਟ ਸੋਲਵ ਹੋ ਜਾਵੇਗਾ ਤੇ ਇਹ ਵੀ ਪ੍ਰੈਕਟਿਸ ਸਮਾਪਤ ਹੁੰਦਾ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਕੇ ਜਾਣਾ ਤੇ ਹੋ ਸਕਦਾ ਇਹ ਵੀਡੀਓ ਆਪਣੇ ਦੋਸਤਾਂ ਤੱਕ ਵੀ ਸ਼ੇਅਰ ਕਰ ਦੇਣਾ ਜੇਕਰ ਤੁਹਾਨੂੰ ਇਸ ਪੇਪਰ ਦੇ ਸੋਲੂਸ਼ਨ ਦੀ ਪੀਡੀਐਫ ਚਾਹੀਦੀ ਹੈ ਤਾਂ ਆਪਣੇ ਇੱਕ ਟੈਲੀਗ੍ਰਾਮ ਚੈਨਲ ਬਣਿਆ ਹੋਇਆ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਦੋਂ ਮਾਲ ਜਦ ਕਲਿੱਕ ਕਰਕੇ ਜੁਆਇਨ ਹੋ ਕੇ ਪੇਪਰ ਦੀ ਪੀਡੀਐਫ ਦੇਖ ਸਕਦੇ ਹੋ ਓਕੇ ਦੋਸਤੋ